ਭਾਰਤੀ ਹਵਾਈ ਫੌਜ ਅਤੇ ਭਾਰਤੀ ਡਰੋਨ ਮਹਾਸੰਗ ਵੱਲੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਚ ਪੈਂਦੇ ਹਿੰਡਨ 에ਅਰ ਫੋਰਸ ਬੇਸ ਤੇ ਭਲਕੇ ਭਾਰਤ ਡਰੋਨ ਸ਼ਕਤੀ 2023 ਕਰਵਾਇਆ ਜਾ ਰਿਹਾ ਹੈ। ਰੱਖਿਆ ਮੰਤਰਾਲੇ ਦੇ ਕੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਫੌਜੀ ਅਤੇ ਸਿਵਲ ਖੇਤਰਾਂ ਵਿੱਚ ਡਰੋਨ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਦੋ ਦਿਨ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਭਾਰਤੀ ਡਰੋਨਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ 50 ਤੋਂ ਵੱਧ ਡਰੋਨ ਹਵਾਈ ਪ੍ਰਦਰਸ਼ਨ ਕਰਨਗੇ। ਇਨ੍ਹਾਂ ਵਿੱਚ ਸਰਵੇਖਣ ਡਰੋਨ, ਖੇਤੀਬਾੜੀ ਡਰੋਨ ਆਗੂ ਭਿਗਾਉਣ ਵਾਲੇ ਡਰੋਨ ਅਤੇ ਨਿਗਰਾਨੀ ਡਰੋਨ ਸ਼ਾਮਲ ਹੋਣਗੇ ਇਸ ਸਮਾਗਮ ਵਿੱਚ 75 ਤੋਂ ਵੱਧ ਡਰੋਨ ਸਟਾਰਟਅਪ ਅਤੇ ਕੰਪਨੀਆਂ ਵੀ ਹਿੱਸਾ ਲੈਣ ਗਿਆ